ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਰੈਂਡਸ, ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਕਿ ਆਪਾਂ ਪੁਰਾਣੇ ਅੰਡਰਵੇਅਰ ਨੂੰ ਲਾਸਟਿਕ ਪਾ ਕੇ ਦੁਬਾਰਾ ਤੋਂ ਨਵੀਂ ਲੁੱਕ ਕਿਵੇਂ ਦੇ ਸਕਦੇ ਹਾਂ। ਦੇਖੋ, ਆਪਣੇ ਕੋਲ ਪੁਰਾਣਾ ਅੰਡਰਵੇਅਰ ਆ, ਇਹਦੇ ਵਿੱਚ ਮੈਂ ਪਾਈ ਹੋਈ ਆ ਲਾਸਟਿਕ, ਹੁਣੇ ਹੁਣੇ ਪਾਈ ਆ, ਔਰ ਮੈਂ ਤੁਹਾਨੂੰ ਦੱਸਦੀ ਪਹਿਲਾਂ ਇਹ ਕਿਸ ਤਰੀਕੇ ਦਾ ਸੀਗਾ। ਅਤੇ ਦੇਖੋ, ਇਸ ਤਰੀਕੇ ਦੇ ਨਾਲ ਇਹ ਆਪਣੇ ਕੋਲ ਹੈਗਾ ਸੀਗਾ। ਅਤੇ ਇਹਦੀ ਆਪਾਂ ਜਿਹੜੀ ਪੁਰਾਣੀ ਹੈ, ਜਿਹੜੀ ਲਾਸਟਿਕ ਕੱਢ ਦਿੱਤੀ ਹੋਈ ਆ, ਬਿਲਕੁਲ ਇਸ ਤਰੀਕੇ ਨਾਲ ਸਿਲਾਈਆਂ ਦੇੜ ਕੇ ਆਪਾਂ ਕੱਢਤੀ ਹੋਈ ਆ। ਅਤੇ ਫਰੈਂਡਸ, ਜਿਹੜੇ ਸਪੰਨ ਦੇ ਆਪਣੇ ਅੰਡਰਵੇਅਰ ਹੁੰਦੇ ਨੇ ਜੈਂਟਸ, ਇਹ ਕਾਫੀ ਜ਼ਿਆਦਾ ਆਪਣੇ ਹੰਢ ਜਾਂਦੇ ਨੇ ਅਗਰ ਆਪਾਂ ਇਸ ਤਰੀਕੇ ਨਾਲ ਦੁਬਾਰਾ ਤੋਂ ਲਾਸਟਿਕ ਪਾ ਕੇ ਇਹਨਾਂ ਦੀ ਰਿਪੇਅਰਿੰਗ। ਅਤੇ ਫਰੈਂਡਸ, ਇਹਦੇ ਆਪਾਂ ਜਿਹੜੀਆਂ ਸਿਲਾਈਆਂ ਉਧੜੀਆਂ ਹੋਈਆਂ ਉਹ ਲਗਾ ਲੈਣੀਆਂ ਨੇ, ਔਰ ਜਿਹੜੀ ਇਹਦੇ ਵਿੱਚ ਲਾਸਟਿਕ ਦੁਬਾਰਾ ਤੋਂ ਪਾ ਲਾਂਗੇ, ਅਤੇ ਆਪਣਾ ਅੰਡਰਵੇਅਰ ਜਿਹੜਾ ਬਿਲਕੁਲ ਨਵੇਂ ਅੰਡਰਵੇਅਰ ਦੀ ਤਰ੍ਹਾਂ ਤਿਆਰ ਹੋ ਜਾਏਗਾ ਆਪਣੇ ਕੋਲ। ਅਤੇ ਸਭ ਤੋਂ ਪਹਿਲਾਂ ਆਪਾਂ ਲੈਣੀ ਹੈ ਲਾਸਟਿਕ, ਔਰ ਲਾਸਟਿਕ ਨੂੰ ਆਪਾਂ ਇਸ ਤਰੀਕੇ ਦੇ ਨਾਲ ਮੇਜਰਮੈਂਟ ਕਰਨਾ ਹੈ ਆਪਣੀ ਬਾਡੀ ਦੇ ਹਿਸਾਬ ਨਾਲ। ਦੇਖੋ, ਤੁਸੀਂ ਆਪਣੇ ਕਮਰ ਦੇ ਘੇਰੇ ਘੇਰੇ ਇਸ ਤਰੀਕੇ ਨਾਲ ਇੰਚੀ ਟੇਪ ਨੂੰ ਰੱਖ ਲੈਣਾ ਹੈ, ਔਰ ਬਿਲਕੁਲ ਘੁਮਾ ਕੇ ਦੇਖ ਲੈਣਾ ਕਿ ਆਪਣੀ ਕਮਰ ਕਿੰਨੀ ਆ। ਜਿੰਨੀ ਤੁਹਾਡੀ ਕਮਰ ਆਵੇ ਉਹਦੇ ਵਿੱਚ ਤੁਸੀਂ 4 ਇੰਚ ਘਟਾ ਲੈਣੇ ਨੇ, ਔਰ 4 ਇੰਚ ਘਟਾ ਕੇ ਜਿੰਨਾ ਵੀ ਆਇਆ ਓਨੀ ਤੁਸੀਂ ਇੱਥੇ ਲਾਸਟਿਕ ਆਪਣੀ ਕਟਿੰਗ ਕਰ ਲੈਣੀ ਆ। ਅਤੇ ਲਾਸਟਿਕ ਕਟਿੰਗ ਕਰਨ ਤੋਂ ਬਾਅਦ ਦੇਖੋ, ਆਪਾਂ ਇਸ ਤਰੀਕੇ ਨਾਲ ਆਹਮੋ ਸਾਹਮਣੇ ਰੱਖਣਾ ਆ, ਔਰ ਲਾਸਟਿਕ ਨੂੰ ਇੱਥੇ ਪੱਕਾ ਕਰਕੇ ਇੱਕ ਟਾਂਕਾ ਲਗਾ ਲੈਣਾ ਹੈ। 2-3 ਵਾਰਾਂ ਇੱਥੇ ਸਿਲਾਈ ਲਗਾ ਲਾਂਗੇ, ਪੱਕੀ ਕਰ ਲਾਂਗੇ ਬਿਲਕੁਲ ਸਿਲਾਈ, ਕਿਉਂਕਿ ਆਪਾਂ ਜਦੋਂ ਇਹਨੂੰ ਲਗਾ ਲਾਂਗੇ ਆਪਣੇ ਅੰਡਰਵੇਅਰ ਦੇ ਵਿੱਚ, ਫਿਰ ਬਾਅਦ ਵਿੱਚ ਆਪਾਂ ਨੂੰ ਪ੍ਰੋਬਲਮ ਨਹੀਂ ਆਏਗੀ ਕੋਈ, ਠੀਕ ਹੈ, ਪੱਕੀ ਰਹੇਗੀ। ਅਤੇ ਦੇਖੋ ਫਰੈਂਡਸ, ਇਹ ਆਪਣੀ ਜਿਹੜੀ ਸਿਲਾਈ ਆਪਾਂ ਦੇੜੀ ਹੋਈ ਆ, ਇਸੇ ਤਰੀਕੇ ਨਾਲ ਰਹਿਣ ਦੇਣਾ ਹੈ। ਅਤੇ ਦੇਖੋ, ਇਹਦੇ ਅੰਦਰ ਬਾਹਰ ਆਪਾਂ ਇਸ ਤਰੀਕੇ ਨਾਲ ਲਾਸਟਿਕ ਰੱਖਣੀ ਹੈ, ਔਰ ਉੱਪਰ ਤੋਂ ਇਹਨੂੰ ਕਵਰ ਕਰਕੇ ਇੱਥੇ ਆਪਾਂ ਲਗਾ ਲਾਂਗੇ ਸਿਲਾਈ। ਅਤੇ ਦੇਖੋ ਫਰੈਂਡਸ, ਆਪਾਂ ਇਸ ਤਰੀਕੇ ਦੇ ਨਾਲ ਇਹਨੂੰ ਲਾਸਟਿਕ ਨੂੰ ਇਸ ਤਰੀਕੇ ਨਾਲ ਅੰਦਰ ਬਾਹਰ ਰੱਖਿਆ, ਅਤੇ ਇਹਦੇ ਉੱਤੇ ਆਪਾਂ ਸਿਲਾਈ ਲਗਾਉਣੀ ਸਟਾਰਟ ਕਰਤੀ ਆ, ਔਰ ਪੂਰੇ ਅੰਡਰਵੇਅਰ ਦੇ ਵਿੱਚ ਆਪਾਂ ਇਸ ਤਰੀਕੇ ਦੇ ਨਾਲ ਹੀ ਪਹਿਲਾਂ ਲਾਸਟਿਕ। ਅਤੇ ਸਭ ਤੋਂ ਪਹਿਲਾਂ ਫਰੈਂਡਸ, ਆਪਾਂ ਇਸ ਸਿੰਪਲ ਤਰੀਕੇ ਦੇ ਨਾਲ ਇੱਦਾਂ ਹੀ ਸਿਲਾਈ ਲਗਾ ਲੈਣੀ ਆ। ਇਹ ਤੋਂ ਬਾਅਦ ਆਪਾਂ ਲਾਸਟਿਕ ਖਿੱਚ ਕੇ ਉੱਪਰੋਂ ਜਿਹੜੀ ਲਾਸਟਿਕ ਨੂੰ ਸੈੱਟ ਕਰਾਂਗੇ। ਅਤੇ ਫਰੈਂਡਸ, ਬਣੇ ਰਹੋ ਵੀਡੀਓ ਦੇ ਐਂਡ ਤੱਕ, ਵੀਡੀਓ ਬਿਲਕੁਲ ਸਕਿੱਪ ਨਾ ਕਰਿਓ, ਬਹੁਤ ਹੀ ਯੂਸਫੁਲ ਵੀਡੀਓ ਆ। ਔਰ ਇਸ ਤਰੀਕੇ ਦੇ ਨਾਲ ਫਰੈਂਡਸ, ਤੁਸੀਂ ਆਪਣੇ ਪੁਰਾਣੇ ਪਲਾਜੋ ਜਾਂ ਸਲਵਾਰ ਕਿਸੇ ਚੀਜ਼ 'ਚ ਲਾਸਟਿਕ ਪਾਈ ਹੁੰਦੀ ਆ, ਅਤੇ ਉਹਨੂੰ ਇਸ ਤਰੀਕੇ ਨਾਲ ਤੁਸੀਂ ਦੁਬਾਰਾ ਤੋਂ ਰਿਪੇਅਰ ਕਰ ਸਕਦੇ ਹੋ ਔਰ ਯੂਜ਼। ਅਤੇ ਫਰੈਂਡਸ, ਦੇਖੋ ਇੱਥੇ ਆਪਣਾ ਜਿਹੜਾ ਅੰਡਰਵੇਅਰ ਆ, ਇਹਦਾ ਘੇਰਾ ਜ਼ਿਆਦਾ ਆ, ਔਰ ਦਾ ਘੇਰਾ ਜ਼ਿਆਦਾ ਆ, ਅਤੇ ਲਾਸਟਿਕ ਜਿਹੜੀ ਆਪਣੀ ਘੱਟ ਆ। ਅਤੇ ਆਪਾਂ ਦੇਖੋ, ਜਿੱਥੋਂ ਤੱਕ ਲਾਸਟਿਕ ਆਪਣੀ ਸੈੱਟ ਆਉਂਦੀ, ਉੱਥੋਂ ਤੱਕ ਆਪਾਂ ਪਹਿਲਾਂ ਸਿੰਪਲ ਸਿਲਾਈ ਲਗਾ ਲੈਣੀ, ਉਹ ਤੋਂ ਬਾਅਦ ਆਪਾਂ ਲਾਸਟਿਕ ਨੂੰ ਇਸ ਤਰੀਕੇ ਨਾਲ ਐਡਜਸਟ ਕਰਨਾ ਆ। ਦੇਖੋ, ਲਾਸਟਿਕ ਖਿੱਚਦੇ ਜਾਵਾਂਗੇ, ਔਰ ਇਸ ਤਰੀਕੇ ਨਾਲ ਕੱਪੜਾ ਉੱਪਰ ਨੂੰ ਕਰਕੇ ਸਿਲਾਈ ਲਗਾਉਂਦੇ ਜਾਵਾਂਗੇ, ਔਰ ਇਹ ਸਿਲਾਈ ਤੁਸੀਂ ਬੜੇ ਧਿਆਨ ਨਾਲ ਲਗਾਉਣੀ ਹੈ, ਇਹ ਸਿਲਾਈ ਆਪਣੀ ਲਾਸਟਿਕ ਦੇ ਉੱਪਰ ਨਹੀਂ ਵੱਜਣੀ ਚਾਹੀਦੀ, ਠੀਕ ਆ। ਦੇਖੋ, ਆਪਣੀ ਪੂਰੀ ਸਿਲਾਈ ਲੱਗ ਗਈ, ਪੂਰੀ ਸਿਲਾਈ ਲੱਗਣ ਤੋਂ ਬਾਅਦ ਆਪਾਂ ਕਰਨਾ ਆ ਕਿ ਆਹ ਜਿਹੜਾ ਵੀ ਕੱਪੜਾ ਆ ਸਾਰਾ ਇਹਨੂੰ ਬਰਾਬਰ ਕਰਨਾ ਆ, ਮਤਲਬ ਲਾਸਟਿਕ ਦੇ ਵਿੱਚ ਪੂਰੇ ਨੂੰ ਕੱਪੜੇ ਨੂੰ ਐਡਜਸਟ ਕਰਨਾ ਹੈ, ਯਾਨੀ ਕਿ 4 ਛਫੇਰੇ ਹੀ ਆਪਣਾ ਘੇਰੇ ਘੇਰੇ ਕੱਪੜਾ ਬਰਾਬਰ ਆਵੇ, ਠੀਕ ਆ। ਇਹ ਨਾ ਹੋਵੇ ਕਿ ਇੱਕ ਸਾਈਡ 'ਤੇ ਆਪਣਾ ਕੱਪੜਾ ਇਕੱਠਾ ਹੋਇਆ ਹੈ ਅਤੇ ਆਪਾਂ ਉੱਪਰ ਸਿਲਾਈ ਲਗਾ ਦੇਣੀ ਹੈ, ਨਹੀਂ। ਸਭ ਤੋਂ ਪਹਿਲਾਂ ਆਪਾਂ ਇਹਨੂੰ ਖਿੱਚ ਕੇ ਚਾਰੋਂ ਸਾਈਡਾਂ ਤੋਂ ਬਿਲਕੁਲ ਬਰਾਬਰ ਕਰਨਾ ਹੈ, ਇਹ ਤੋਂ ਬਾਅਦ ਆਪਾਂ ਇਹਦੇ ਸੈਂਟਰ ਵਿੱਚ ਇੱਕ ਸਿਲਾਈ ਲਗਾਉਣੀ ਆ। ਦੇਖੋ, ਮੈਂ ਹਮੇਸ਼ਾ ਹੀ ਲਾਸਟਿਕ ਦੇ ਸੈਂਟਰ ਵਿੱਚ ਸਿਲਾਈ ਲਗਾਉਂਦੀ ਹਾਂ, ਤੁਸੀਂ ਚਾਹੋ ਤਾਂ ਇਹਦੇ ਦੋਨੋਂ ਕਿਨਾਰੀਆਂ ਤੋਂ ਪੈਰ ਪੈਰ ਦਾ ਬਖਾ ਛੱਡ ਕੇ ਵੀ ਸਿਲਾਈ ਲਗਾ ਸਕਦੇ ਹੋ। ਔਰ ਜਦੋਂ ਫਰੈਂਡਸ ਆਪਾਂ ਇਹ ਸੈਂਟਰ ਵਾਲੀ ਸਿਲਾਈ ਲਗਾਉਣੀ ਆ, ਉਦੋਂ ਆਪਾਂ ਕੱਪੜਾ ਦੋਨੋਂ ਸਾਈਡਾਂ ਤੋਂ ਖਿੱਚਣਾ ਆ, ਅੱਗੋਂ ਵੀ ਖਿੱਚਣਾ ਆ ਮਸ਼ੀਨ ਦੇ, ਔਰ ਮਸ਼ੀਨ ਦੀ ਪਿਛਲੀ ਸਾਈਡ ਤੋਂ ਵੀ ਖਿੱਚਣਾ ਆ। ਇਸ ਤਰੀਕੇ ਦੇ ਨਾਲ ਦੇਖੋ ਫਰੈਂਡਸ, ਬਿਲਕੁਲ ਰੈਡੀਮੇਡ ਦੀ ਤਰ੍ਹਾਂ ਲੁੱਕ ਆਏਗੀ। ਅਤੇ ਫਰੈਂਡਸ, ਕਿਸੇ ਵੀ ਚੀਜ਼ ਵਿੱਚ ਤੁਸੀਂ ਲਾਸਟਿਕ ਪਾਉਂਦੇ ਹੋ, ਪਲਾਜੋ ਵਿੱਚ, ਸਲਵਾਰ ਵਿੱਚ, ਇਸ ਤਰੀਕੇ ਨਾਲ ਹੀ ਪਾਇਆ ਕਰੋ, ਬਹੁਤ ਵਧੀਆ ਲੁੱਕ ਆਉਂਦੀ ਬਿਲਕੁਲ ਰੈਡੀਮੇਡ ਦੀ ਤਰ੍ਹਾਂ, ਔਰ ਬਿਲਕੁਲ ਪੱਕੀ ਹੋ ਜਾਂਦੀ ਹੈ ਲਾਸਟਿਕ, ਔਰ ਬਹੁਤ ਦੇਰ ਤੱਕ ਆਪਣੀ ਇਹ ਲਾਸਟਿਕ ਹੰਢਦੀ ਆ। ਸੋ ਫਰੈਂਡਸ, ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਤਾਂ ਇੱਕ ਲਾਈਕ ਜ਼ਰੂਰ ਕਰਿਓ, ਚੈਨਲ 'ਤੇ ਨਵੇਂ ਜੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਤਾਂ ਕਿ ਤੁਹਾਡੇ ਤੱਕ ਸਾਡੀ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ ਜੀ। ਅਤੇ ਫਰੈਂਡਸ, ਆਪਣੇ ਚੈਨਲ 'ਤੇ ਸਿਲਾਈ ਕਲਾਸ ਵੀ ਚੱਲ ਰਹੀ ਹੈ, ਅਗਰ ਤੁਸੀਂ ਸਿਲਾਈ ਕਲਾਸ ਦਾ ਹਿੱਸਾ ਬਣਨਾ ਚਾਹੁੰਦੇ ਹੋ, ਉੱਪਰ ਆਈ ਬਟਨ 'ਤੇ ਕਲਿੱਕ ਕਰ ਲਿਓ।
ਤੁਹਾਨੂੰ ਪੰਜਾਬੀ ਸਿਲਾਈ ਕਲਾਸ ਦੀ ਪੂਰੀ ਪਲੇਲਿਸਟ ਮਿਲ ਜੇਗੀ ਤੇ ਤੁਸੀਂ ਉੱਥੋਂ ਕਲਿੱਕ ਕਰਕੇ ਪੂਰੇ ਸਿਲਾਈ ਕੋਰਸ ਕਰ ਸਕਦੇ ਹੋ ਪੰਜਾਬੀ ਦੇ ਵਿੱਚ ਬਿਲਕੁਲ ਫ੍ਰੀ ਘਰ ਬੈਠੇ ਹੋਏ। ਕੋਈ ਫੀਸ ਨਹੀਂ ਹੈਗੀ, ਬਿਲਕੁਲ ਫ੍ਰੀ ਆ। ਔਰ ਤੁਹਾਡਾ ਸਾਡੇ ਚੈਨਲ 'ਤੇ ਆ ਕੇ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ।